ਇਹ ਤਸਵੀਰ ਅਸਤੀਜਗੜ ਦੇ ਮੁੰਗੇਲੀ ਜ਼ਿਲ੍ਹੇ ਦੇ ਇੱਕ ਪਿੰਡ ਦੀਆਂ ਜਿੱਥੇ ਇਹ ਨਵਜਾਤ ਬੱਚੀ ਨੂੰ ਮਾਪੇ ਰਾਹ ਦੇ ਨੇਰੇ ਵਿੱਚ ਖੇਤਾਂ ਵਿੱਚ ਸੁੱਟ ਗਏ ਜਿਸ ਨੂੰ ਇੱਕ ਮਾਦਾ ਡੌਗ ਨੇ ਆਪਣੇ ਬੱਚਾ ਸਮੇਤ ਸਾਰੀ ਰਾਤ ਉਸਦੀ ਰੱਖਿਆ ਕੀਤੀ ਸਵੇਰੇ ਪਿੰਡ ਵਾਲਿਆਂ ਨੇ ਉਸ ਲੜਕੀ ਨੂੰ ਹਸਪਤਾਲ ਪਹੁੰਚਾਇਆ ਤੇ ਉਸਦੀ ਜਿੰਦਗੀ ਬਚੀ